ਤਾਲਾ ਸਾਹਿਬ ਤੋਂ ਵਾਪਸ ਆਇਆ ਅਤੇ ਆਉਂਦਿਆਂ 'ਤੇ ਜਿਹੜਾ ਇਹ ਮੇਰੇ 'ਤੇ ਹਮਲਾ ਹੋਇਆ, ਮੈਨੂੰ ਕਿਡਨੈਪ ਕਰਕੇ ਬੰਦਿਆਂ ਨੇ ਖੜਿਆ। ਵਿਕਟਮ ਦੀ ਗੱਡੀ ਥਾਣੇ ਖਲੋਤੀ ਆ, ਦੂਜੀਆਂ ਨਾ ਕੋਈ ਗੱਡੀ ਚੁੱਕੀ ਗਈ, ਨਾ ਕੋਈ ਬੰਦਾ ਚੁੱਕਿਆ ਗਿਆ, ਅਤੇ ਮੇਰੇ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ। ਇਹਨਾਂ ਨੇ ਲਾਈ ਆ ਜੀ 365, 324, 323, 341, 427, 148, 149, 100, I20B। ਇੱਥੇ ਲੱਗਣੀ ਸੀ 364 ਕਿਡਨੈਪ ਕਰਨ ਦੀ। ਇੱਕ ਬੰਦੇ ਨੂੰ ਚੁੱਕ ਕੇ ਲੈ ਗਏ ਅਗਵਾਹ ਕਰਕੇ, ਅਤੇ ਬੰਦੇ ਨੂੰ ਕੁੱਟਮਾਰ ਕੀਤੀ ਆ ਬੰਦੇ ਦਾ ਇਹਨਾਂ ਨੇ ਕੀਤਾ, ਅਤੇ ਦੂਜੇ ਬੰਨੇ ਮੈਨੂੰ ਡਰਾਵਾ ਮਾਣ ਡਿਆ ਕਿ ਦੂਜੀ ਧਿਰ ਵੀ ਦਾਖਲ ਹੋ ਗਈ ਆ। ਅਤੇ ਇਹਨਾਂ ਨੇ ਰਾਹ 'ਚ ਚੱਕ ਵਾਲੇ ਪੁੱਲ 'ਤੇ ਮੈਨੂੰ ਇਹਨਾਂ ਨੇ ਉੱਥੇ ਮੇਰੀ ਗੱਡੀ ਹਿੱਟ ਕਰਕੇ ਮੈਨੂੰ ਉੱਥੋਂ ਕੁੱਟ ਕੇ, ਮੇਰੇ ਸੱਟਾਂ ਮਾਰ ਕੇ ਮੈਨੂੰ ਇਹ ਕਿਤੇ ਅਣਪਛਾਤੀ ਜਗ੍ਹਾ 'ਤੇ ਲੈ ਗਏ। ਜਦੋਂ ਮੈਂ ਭੱਜਿਆ ਵਾਂ ਇਹਨਾਂ ਬੰਦਿਆਂ ਨੇ ਮਗਰ ਮੇਰੇ 'ਤੇ ਫਾਇਰ ਵੀ ਕੀਤਾ ਵਾ। ਦਲਜੀਤ ਸਿੰਘ ਭੁੱਲਰ ਹੋਣਾ ਦਾ ਰਿਸ਼ਤੇਦਾਰ ਆ, ਜਿਹੜਾ ਇਹਦੇ ਵਿੱਚ ਮੇਨ ਅਕਿਊਜ਼ਡ ਆ ਮੁੰਡਾ, ਜਿਹਨੇ ਸਾਰਾ ਕੰਮ ਕਰਵਾਇਆ। ਨਾਲ ਆ ਬੀਬੀ ਆਪਣੇ ਇੱਥੋਂ ਖਰੜ ਤੋਂ ਅਨਮੋਲ ਗਗਨ ਮਾਨ, 5 ਮਿੰਟਾਂ 'ਚ MSP ਵਾਲੀ ਬੀਬੀ ਜੀ, ਉਹਨਾਂ ਵੱਲੋਂ ਵੀ ਕਾਫੀ ਜ਼ੋਰ ਜਿਹੜਾ ਉਹ ਲੱਗ ਰਿਹਾ ਵਾ ਮੇਰੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਹੋਏ ਜਿੰਨੇ ਸਾਰੇ ਇੱਥੇ ਸਾਡੇ ਪੱਤਰਕਾਰ ਭਾਈਚਾਰੇ ਤੋਂ, ਸਾਡੇ ਵੀਰ, ਸਾਡੀਆਂ ਭੈਣਾਂ, ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਜੀ ਆਇਆਂ ਨੂੰ ਕਹਿੰਦਾ, ਤੁਸੀਂ ਸਾਡੇ ਬੜੇ ਸ਼ੋਰਟ ਨੋਟਿਸ 'ਤੇ ਤੁਸੀਂ ਇੱਥੇ ਪਹੁੰਚੇ ਹੋ। ਸੋ ਆਈ ਐਮ ਵੈਰੀ ਥੈਂਕਫੁਲ, ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਤੁਹਾਡੀਆਂ ਸਰਵਿਸਿਸ ਵਾਸਤੇ, ਜੋ ਤੁਸੀਂ ਦਿਨ ਰਾਤ ਜਿਹੜੀਆਂ ਉਹ ਆਪਣੀਆਂ ਸਰਵਿਸਿਸ ਦੇ ਰਹੇ ਹੋ। ਅੱਜ ਦਾ ਇੱਥੇ ਮੇਰਾ ਪਹੁੰਚਣ ਦਾ ਮਕਸਦ, ਥੋੜ੍ਹੇ ਜਿਹੇ ਲੋਕ ਮੈਨੂੰ ਜਾਣਦੇ ਨੇ ਅਤੇ ਬਹੁਤੇ ਸ਼ਾਇਦ ਅਣਜਾਣ ਹੋਣਗੇ ਇਸ ਚਿਹਰੇ ਤੋਂ। ਸ਼ਾਇਦ ਕਈਆਂ ਨੇ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰਨਗੇ। ਇਹ 12-15 ਸਾਲਾਂ ਤੋਂ ਇਹ ਆਵਾਜ਼ ਜਿਹੜੀ ਆ ਉਹ ਇਹਨਾਂ ਸਾਇੰਸਦਾਨਾਂ ਨੇ ਜਿਹੜੀਆਂ ਇਹ ਤਰੱਕੀਆਂ ਕੀਤੀਆਂ ਨੇ ਉਹਨਾਂ ਤਾਰਾਂ ਦੇ ਰਾਹੀਂ ਦੇਸਾਂ ਵਿਦੇਸਾਂ ਤੋਂ, ਉਸ ਅਮਰੀਕਾ ਦੀ ਧਰਤੀ ਤੋਂ ਜਿੱਥੋਂ ਗਦਰੀ ਬਾਬੇ ਇੱਧਰ ਉਤਰੇ ਸਨ, ਉੱਥੋਂ ਆਉਂਦੀ ਰਹੀ ਆ ਪੰਜਾਬ ਦੇ ਹੱਕ ਦੇ ਵਿੱਚ। ਮੇਰਾ ਨਾਮ ਜੋਧਵੀਰ ਸਿੰਘ, ਪਿੰਡ ਮੇਰਾ ਅੱਠ ਗੁਰੂ ਸਾਹਿਬਾਨ ਦੀ ਧਰਤੀ ਸ਼੍ਰੀ ਖਡੂਰ ਸਾਹਿਬ ਦੇ ਬਿਲਕੁਲ ਐਨ ਪੈਰਾਂ ਦੇ ਵਿੱਚ ਪੈਂਦਾ ਮੇਰਾ ਛੋਟਾ ਜਿਹਾ ਪਿੰਡ ਢੋਟਾ। ਅਮਰੀਕਾ ਦਾ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਮੇਰੇ ਦਾਣੇ ਉੱਥੇ ਖਿਲਰੇ ਸੀ, ਇੱਥੇ ਉਹ ਭੱਜੇ ਭਜਾਏ ਉੱਧਰ ਨੂੰ ਗਿਆ ਵਾਂ, ਅਤੇ ਪਰ ਜਿਹੜੀ ਪੰਜਾਬ ਦੀ ਖਿੱਚ ਉਹ ਨਹੀਂ ਗਈ। ਅਤੇ ਮੈਂ ਗੱਲ ਨੂੰ ਸ਼ੋਰਟ ਦੇ ਵਿੱਚ ਲਿਆਉਂਦਾ ਹੋਇਆ, ਐਰਕੀ ਫਿਰ ਉਹੀ ਖਿੱਚ ਪੰਜਾਬ ਦੀ ਪੰਥ ਦੀ ਖਿੱਚ। ਪਿਛਲੀ ਵਾਰ ਉੱਡ ਕੇ ਆਇਆ ਸੀ ਮੈਂ ਰਾਹ 'ਚ, ਟਰੱਕ ਖਿਲਾਰ ਕੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ ਸੀ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਸਾਨੂੰ ਪੈਂਦੀਆਂ ਰਹੀਆਂ ਅਤੇ ਸ਼ਾਇਦ ਪੈਂਦੀਆਂ ਰਹਿਣਗੀਆਂ, ਅਤੇ ਇੱਦਾਂ ਹੀ ਝੱਲਦੇ ਰਹਾਂਗੇ। ਅਤੇ 2017 ਦੇ ਵਿੱਚ ਰਾਹ 'ਚ ਟਰੱਕ ਖਿਲਾਰ ਕੇ ਆਮ ਆਦਮੀ ਪਾਰਟੀ ਵਾਸਤੇ ਸਪੋਰਟ ਕੀਤੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ, ਮੇਰੇ ਵੱਡੇ ਭਰਾ, ਮੇਰੇ ਮਿੱਤਰ ਵੀ ਉਹਨਾਂ ਦੇ, ਉਹ ਬਥੇਰੇ ਮੈਨੂੰ ਸੱਜਣ ਸਾਰੇ ਜਾਣਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ, ਜਿਹੜੇ ਸ਼ੁਰੂ ਤੋਂ ਤੁਰੇ ਨੇ, ਬਾਅਦ 'ਚ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਇੱਧਰ ਉੱਧਰੋਂ ਆਏ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਉਹਨਾਂ ਨੂੰ ਮੈਂ ਕਿਸੇ ਗਿਣਤੀ 'ਚ ਗਿਣਦਾ। ਹੁਣ ਦੀ ਘਟਨਾ ਐਰਕੀ, ਪਰ ਵਿਚਾਰ ਬਦਲਦੇ ਨੇ, ਜਿੱਦਾਂ ਰੁੱਖ ਛਾਂਗੇ ਜਾਂਦੇ ਨੇ ਫਿਰ ਰੁੱਖ ਪੁੰਗਰਦੇ ਨੇ, ਨਾਲੇ ਉਹ ਇਨਸਾਨ ਦੇ ਜਿਹੜੇ ਵਿਚਾਰ, ਜਿਉਂ ਜਿਉਂ ਇਨਸਾਨ ਗਰੋਅ ਕਰਦਾ ਵਾ ਉਹਦੇ ਵਿਚਾਰ, ਜੇ ਇਨਸਾਨ ਦੇ ਵਿਚਾਰ ਉੱਥੇ ਰਹਿਣ ਇਹਦਾ ਮਤਲਬ ਇਨਸਾਨ ਗਰੋਅ ਨਹੀਂ ਕਰਦਾ। ਬਚਪਨ 'ਚ ਮੇਰੇ ਵਿਚਾਰ ਹੋਰ ਸੀ, ਜਵਾਨੀ 'ਚ ਮੇਰੇ ਹੋਰ ਹੋਏ, ਜਿਉਂ ਜਿਉਂ ਮੈਂ ਗਰੋਅ ਹੋਣ ਲੱਗਿਆ, ਸ਼ਾਇਦ ਮੈਨੂੰ ਲੱਗਦਾ ਕਿ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸੋਝੀ ਬਖਸ਼ੀ ਆ, ਮੈਂ ਉਸ ਬੰਨੇ ਆਮ ਆਦਮੀ ਪਾਰਟੀ 2017 ਸਪੋਰਟ ਕੀਤੀ। ਐਰਕੀ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਵਾਸਤੇ ਉੱਥੋਂ ਅਮਰੀਕਾ ਤੋਂ
ਜਹਾਜ਼ੇ ਚੜ੍ਹਿਆ ਅਤੇ ਇੱਥੇ ਆਇਆ। ਗੁਰੂ ਸਾਹਿਬ ਨੇ ਜਿੱਤ ਬਖਸ਼ੀ ਸਾਨੂੰ ਇੱਕ ਨਹੀਂ ਦੋਵਾਂ ਸੀਟਾਂ 'ਤੇ। ਮੈਂ ਸਾਰੀ ਸਿੱਖ ਸੰਗਤ ਨੂੰ, ਪੰਜਾਬ ਵਾਸੀਆਂ ਨੂੰ ਉਸ ਜਿੱਤ ਦੀ ਵਧਾਈ ਦਿੰਦਾ ਵਾਂ, ਕਿਉਂਕਿ ਸਾਡਾ ਲਾਂਭਾ ਹੁੰਦਾ ਵਾ ਕਿ ਸਾਡੀ ਗੱਲ ਨਹੀਂ ਕੋਈ ਕਰਦਾ। ਗੱਲ ਜੇ ਕੋਈ ਸਾਡਾ ਕੋਈ ਆਪਣਾ ਹੋਊ, ਉਹ ਕਹਿੰਦੇ ਨੇ ਕਿ ਆਪਣਾ ਵੱਢ ਕੇ ਸੁੱਟੂ ਤਾਂ ਛਾਵੇਂ ਸੁੱਟੂ, ਕੋਈ ਸਾਡਾ ਆਪਣਾ ਗੱਲ ਕਰਨ ਵਾਲੇ, ਚਲੋ ਸਾਡੀਆਂ ਦੋ ਆਵਾਜ਼ਾਂ ਪਾਰਲੀਮੈਂਟ 'ਚ ਗਈਆਂ। ਪਰ ਕਿਤੇ ਨਾ ਕਿਤੇ 4 ਤਰੀਕ ਨੂੰ ਜਿਹੜਾ ਇਹ ਰਿਜ਼ਲਟ ਆਉਂਦਾ ਵਾ, ਅਤੇ ਮੈਂ ਗੁਰੂ ਸਾਹਿਬ ਕੋਲ 3 ਤਰੀਕ ਨੂੰ ਗੁਰੂ ਸਾਹਿਬ ਕੋਲ ਮੈਂ ਅਰਦਾਸ ਕਰਕੇ ਆਇਆ ਕਿ ਗੁਰੂ ਸਾਹਿਬ ਲੱਜਪਤ ਰੱਖਿਓ ਮੇਰੀ ਕੌਮ ਦੇ ਇਹਨਾਂ ਲੜਾਂ ਦੀ, ਜਿਹੜੇ ਅੱਜ ਤੱਕ ਲੜ ਮੇਰੀ ਕੌਮ ਦੇ ਇੱਦਾਂ ਸੋਹਣੇ ਸੱਜੇ ਆ, ਇਹਨਾਂ ਦੀ ਲੱਜਪਤ ਰੱਖਿਓ। ਗੁਰੂ ਸਾਹਿਬ ਨੇ ਪੱਤ ਰੱਖੀ ਅਤੇ ਮੈਂ ਉਹ ਪ੍ਰਸ਼ਾਦ ਚੜ੍ਹਾਉਣ 5 ਤਰੀਕ ਨੂੰ ਟਾਹਲਾ ਸਾਹਿਬ ਗਿਆ। ਟਾਹਲਾ ਸਾਹਿਬ ਤੋਂ ਵਾਪਸ ਆਇਆ ਅਤੇ ਆਉਂਦਿਆਂ 'ਤੇ ਜਿਹੜਾ ਇਹ ਮੇਰੇ 'ਤੇ ਹਮਲਾ ਹੋਇਆ, ਮੈਨੂੰ ਕਿਡਨੈਪ ਕਰਕੇ ਬੰਦਿਆਂ ਨੇ ਖੜਿਆ ਵਿੱਚੋਂ, ਜਿੱਦਾਂ ਕਾਕੜਾ ਸਾਹਿਬ ਕਹਿੰਦੇ ਨਾ ਕਿ ਕਾਤਲਾਂ ਦੀ ਭੀੜ ਵਿੱਚੋਂ ਕੁਝ ਚਿਹਰੇ ਪਛਾਣਦਾ ਮੈਂ, ਉਹਨਾਂ 'ਚੋਂ ਵੀ ਮੈਂ ਕੋਈ ਚਿਹਰੇ ਪਛਾਣੇ। ਚਿਹਰੇ ਪਛਾਣੇ ਕਿਉਂ? ਕਿਉਂਕਿ ਉਹਨਾਂ ਨਾਲ ਮੈਂ ਡੋਰ ਟੂ ਡੋਰ ਕੀਤੀ ਸੀ, ਉਹਨਾਂ ਨਾਲ ਮੈਂ ਲੋਕਾਂ ਦੇ ਬੂਹਿਆਂ 'ਤੇ ਝੰਡੇ ਲਾਏ ਆਮ ਆਦਮੀ ਪਾਰਟੀ ਦੇ, ਜਦੋਂ ਝਾੜੂ ਦਾ ਇਨਕਲਾਬ ਦਾ ਨਾਰਾ ਦਿੱਤਾ ਸੀ। ਪਰ ਐਤਕੀ ਉਹਨਾਂ ਬੰਦਿਆਂ ਨੇ ਮੈਨੂੰ ਪਤਾ ਨਹੀਂ ਸੱਤਾ ਦੇ ਨਸ਼ੇ 'ਚ ਜਾਂ ਕਿਹਦੀ ਚੁੱਕ ਚੁਕਾ ਦੇ ਵਿੱਚ, ਜਾਂ ਤਾਂ ਉਹਨਾਂ 'ਚ ਇੱਕ ਕਹਿੰਦਾ ਸੀ ਕਿ ਕੁੱਟ ਲਓ ਜਿੰਨਾ ਕੁੱਟਣਾ, ਅਤੇ ਇਹਨੂੰ ਚੁੱਕ ਕੇ ਦਰਿਆ 'ਚ ਸੁੱਟ ਗਏ, ਗੋਲੀ ਮਾਰ ਕੇ ਦਰਿਆ 'ਚ। ਉਹਨਾਂ ਨੂੰ ਦਰਿਆਵਾਂ 'ਚ ਮੁੰਡੇ ਪਾਉਣ ਦੀ ਪੁਰਾਣੀ ਆਦਤ ਵੀ ਆ ਅਤੇ ਜਾਚ ਵੀ ਆ ਉਹਨਾਂ ਨੂੰ, ਬੜੇ ਪੁੱਤ ਦਰਿਆਵੀ ਪਾਏ ਨੇ ਮੱਛੀਆਂ ਨੇ, ਬੜੇ ਪੰਜਾਬ ਦੇ ਪੁੱਤ ਖਾਧੇ ਨੇ ਭਾਵੇਂ ਨਿੱਕੀਆਂ ਉਮਰਾਂ ਤੋਂ ਭਾਵੇਂ ਵੱਡੀਆਂ ਦੇ ਲਾ ਲਓ। ਸੋ ਮੈਂ ਫਿਰ ਉੱਧਰ ਨੂੰ ਨਹੀਂ ਜਾਣਾ ਚਾਹੁੰਦਾ ਕਿਸੇ ਵੀ ਉਸ ਪਾਸੇ। 5 ਤਰੀਕ ਨੂੰ ਮੇਰੇ 'ਤੇ ਹਮਲਾ ਹੋਇਆ, ਇਹਨਾਂ ਨੇ 9 ਵਜੇ ਕਰੀਬ ਮੈਨੂੰ ਚੁੱਕਿਆ, ਇੱਕ ਫੋਰਚੂਨਰ, ਇੱਕ ਇਹਨਾਂ ਕੋਲ ਸੈਡਾਨ ਟਾਈਪ ਗੱਡੀ ਆ ਜਿਹੜੀ ਆ 5 ਸੀਟਰ ਹੁੰਦੀ ਆਪਣੀ, ਦੋਵੇਂ ਚਿੱਟੀਆਂ ਗੱਡੀਆਂ, ਮੇਰੇ ਕੋਲ I-20, ਮੇਰੀ ਆਈ ਐਮ ਦਾ ਵਿਕਟਮ, ਮੈਂ ਵਿਕਟਮ ਹਾਂ। ਅਤੇ ਜਿਹੜੇ ਅਕਿਊਜ਼ ਨੇ, ਵਿਕਟਮ ਨੂੰ ਪ੍ਰੈਸ਼ਰ ਪੈ ਰਿਹਾ ਵਾ, ਕਦੀ ਕਹਿੰਦੇ ਨੇ ਕਿ ਤੇਰੀ ਗੱਡੀ ਬਣਵਾ ਦਿੰਦੇ ਹਾਂ, ਤੂੰ ਬਹਿ ਜਾ, ਅਤੇ ਜਾਂ ਦੋਸ਼ੀ ਫੋਨ ਕਰ ਕਹਿੰਦੇ ਨੇ ਕਿ ਬਾਹਰ ਚੱਲ ਜਾ ਚੰਗਾ ਰਹੇਗਾ। ਪਹਿਲਾਂ NRI-ਆਂ ਨੇ ਉੱਥੋਂ ਰੁਪਈਆ ਇਕੱਠਾ ਕਰ ਘੱਲਿਆ, ਉਦੋਂ ਕੋਈ ਗੱਲ ਨਹੀਂ, ਕੋਠੀ ਨੱਪੀ, ਉਹ ਡਰਾਵਾ ਪਾਇਆ। ਜੇ ਆ ਯੋਧਵੀਰ ਸਿੰਘ ਵੀ ਭੱਜ ਗਿਆ ਅਤੇ NRI-ਆਂ ਦੇ ਮਨ 'ਚ ਕੈਸਾ ਡਰ ਪਊਗਾ। ਮੈਨੂੰ ਪ੍ਰਸ਼ਾਸਨ ਅਤੇ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ ਆਪਣੇ ਪੁਲਿਸ ਪ੍ਰਸ਼ਾਸਨ 'ਤੇ, ਮੈਨੂੰ ਹਾਲਾਂਕਿ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ, ਮਾਣਯੋਗ ਸਾਡੇ ਮੰਤਰੀ ਨੇ ਪੰਜਾਬ ਦੇ ਲਾਲਜੀਤ ਸਿੰਘ ਭੁੱਲਰ ਹੋਣੀ, ਉਹਨਾਂ ਦੇ ਰਿਸ਼ਤੇਦਾਰ ਨੇ ਜਿਹੜੇ ਅਕਿਊਜ਼ ਨੇ, ਨਾਲ MLA ਦਲਬੀਰ ਸਿੰਘ ਟੌਂਗ, ਜਿਨ੍ਹਾਂ ਨੂੰ ਮੈਂ ਗੁਰੂ ਘਰਾਂ ਦੇ ਬਾਹਰ ਖਲੋ ਕੇ ਇਹਨਾਂ ਹੱਥਾਂ ਨਾਲ ਸੰਗਤ ਦਾ ਪੈਸਾ ਇਕੱਠਾ ਕਰ ਭੇਜਿਆ ਸੀ। ਸੰਗਤ ਦਾ ਚਲੋ ਉਹ ਵੀ ਗੁਰੂ ਸਾਹਿਬ ਹੀ ਜਾਣਦੇ ਨੇ, ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਆ, ਅਤੇ ਮੇਰੀ ਗੱਡੀ ਵਿਕਟਮ ਦੀ ਗੱਡੀ ਥਾਣੇ ਖਲੋਤੀ ਆ, ਦੂਜੀਆਂ ਨਾ ਕੋਈ ਗੱਡੀ ਚੁੱਕੀ ਗਈ, ਨਾ ਕੋਈ ਬੰਦਾ ਚੁੱਕਿਆ ਗਿਆ, ਅਤੇ ਮੇਰੇ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ। ਸੋ ਮੈਂ ਅੱਜ ਫਿਰ ਆਪਣੀ ਆਵਾਜ਼, ਕਿਉਂਕਿ ਤੁਹਾਨੂੰ, ਤੁਸੀਂ ਵੀ ਜਿਹੜਾ ਉਹ ਇਸ ਲੋਕਤੰਤਰ ਦਾ, ਜਿਹਦੇ ਪਿੱਛੇ ਸਾਡੇ ਮਾਨ ਸਾਹਿਬ ਵੀ, ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਫੋਟੋ ਵੀ ਲੱਗੀ ਹੁੰਦੀ ਆ ਪਿੱਛੇ, ਜਾਂ ਸ਼ਹੀਦ ਆਦਮ ਭਗਤ ਸਿੰਘ ਦੀ, ਸਰਦਾਰ ਊਧਮ ਸਿੰਘ ਕੰਬੋਜ ਦੀ, ਕਰਤਾਰ ਸਿੰਘ ਸਰਾਭਾ ਦੀ, ਗਦਰੀ ਬਾਬਿਆਂ ਦੀ, ਜੇ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਸ ਸੰਵਿਧਾਨ ਦਾ ਮੈਂ ਵੀ ਉਹਨਾਂ ਹੀ ਹਿੱਸੇਦਾਰ ਹਾਂ ਜਿੰਨਾ ਤੁਸੀਂ ਵੀ ਆਮ ਆਪ ਨਾਗਰਿਕ ਜੇ, ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਆ। ਸੋ ਇਹ ਮੈਂ ਤੁਹਾਡੇ ਰਾਹੀਂ ਆਪਣੀ ਗੱਲ ਸਿੱਖ ਸੰਗਤ ਤਾਈਂ, ਪੂਰੇ ਪੰਜਾਬ ਵਾਸੀਆਂ ਤਾਈਂ, ਵਿਦੇਸ਼ ਮੰਤਰਾਲੇ ਤਾਈਂ,
US ਅੰਬੈਸੀ ਤਾਂ ਬਿਕੋਜ਼ ਆਈ ਐਮ US ਸਿਟੀਜ਼ਨ ਸੋ ਪਰ ਮੈਂ ਪੰਜਾਬ ਦਾ ਪਾਣੀ ਵੀ ਪੀਤਾ ਵਾ ਜੇ ਸਾਨੂੰ ਇਹਦਾ ਕੁੱਟ ਕੇ ਪੰਜਾਬ ਦੀਆਂ ਇਹਨਾਂ ਜ਼ਮੀਨਾਂ ਤੋਂ ਭਜਾਉਣਗੇ ਅਸੀਂ ਇੱਦਾਂ ਨਾ ਜ਼ਮੀਨਾਂ ਛੱਡਣ ਵਾਲੇ ਹਾਂ ਅਸੀਂ ਤਾਂ ਮੱਝਾਂ ਵਾਲੇ ਕਿੱਲੇ ਨਾ ਛੱਡੀਏ ਤਾਂ ਦੂਜੇ ਕਿੱਲਿਆਂ ਦੀ ਤਾਂ ਹਲੇ ਬੜੀ ਜਿਹੜੀ ਉਹ ਦੂਰ ਦੀ ਗੱਲ ਆ ਸੋ ਇੰਨੀ ਕੁ ਮੇਰੀ ਜਿਹੜੀ ਆ ਕਹਾਣੀ ਆ ਬਾਕੀ ਜਿਹੜੇ ਮੈਂ ਆਪਣੇ ਤੁਹਾਡਿਆਂ ਸਵਾਲਾਂ ਵਾਸਤੇ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਈ ਸੁਣੀ ਮੈਂ ਤੁਹਾਡਾ ਫਿਰ ਦੁਬਾਰਾ ਧੰਨਵਾਦ ਕਰਦਾ ਤੁਸੀਂ ਜਿੰਨੇ ਇੱਥੇ ਪਹੁੰਚੇ ਹੋ ਮੇਰੇ ਬੜੇ ਸ਼ੋਰਟ ਜਿਹੇ ਨੋਟਿਸ 'ਤੇ ਥੈਂਕ ਯੂ ਸੋ ਮੱਚ ਮੈਂ ਤੁਹਾਡਾ ਸੰਗਤ ਦਾ ਅਤੇ ਤੁਹਾਡਾ ਹਮੇਸ਼ਾ ਰਿਣੀ ਰਹਾਂਗਾ ਥੈਂਕ ਯੂ ਸੋ ਮੱਚ ਜੀ ਐੱਫ ਆਈ ਆਰ ਮੇਰੇ ਵੀਰ ਨੇ ਕੁਐਸਚਨ ਕੀਤਾ ਐੱਫ ਆਈ ਆਰ ਦਰਜ ਹੋਈ ਆ ਅਤੇ ਉਹ ਦਰਜ ਕਰਨੀ ਪਈ ਆ ਇਹਨਾਂ ਨੂੰ ਐਵੇਂ ਮੂੰਹ ਜਿਹਾ ਰੱਖਿਆ ਗੋਂਗਲੂਆਂ ਤੋਂ ਮਿੱਟੀ ਝਾੜੀ ਆ ਤਿੰਨ ਘੰਟੇ ਚੁੱਕ ਕੇ ਬੰਦਾ ਕਿਡਨੈਪ ਕਰਕੇ ਖੜਿਆ ਹੋਵੇ ਉਹਨਾਂ ਲਾਹਣ ਜ਼ਿਆਦਾ ਪੀਤੀ ਸੀ ਅਤੇ ਇੱਥੇ ਆਪਣੇ ਉਹਨਾਂ ਕੋਲ ਮੈਂ ਜਾਨ ਬਚਾ ਕੇ ਭੱਜਾ ਵਾਂ ਅਤੇ ਪਰਚਾ ਜਿਹੜਾ ਵਾ ਉਹ ਹੋਣਾ ਚਾਹੀਦਾ ਸੀ ਓਕੇ ਇਹਨਾਂ ਨੇ ਲਾਈ ਆ ਜੀ 365 324 323 341 427 148 149 120B ਬਾਕੀ ਇਹ ਜਿਹੜੀਆਂ ਹੁੰਦੀਆਂ ਵਾ ਇੱਥੇ ਲੱਗਣੀ ਸੀ 364 ਕਿਡਨੈਪ ਕਰਨ ਦੀ ਅਤੇ ਵੇਖੋ ਬਾਕੀ ਹਲੇ ਇਹਦਾ ਰਿਜ਼ਲਟ ਆਉਣਾ ਵਾ ਇੱਥੇ ਮੇਰੇ ਉਹਨਾਂ ਨੇ ਕਿਰਪਾਨ ਮਾਰੀ ਆ ਅਤੇ ਦੂਜੇ ਬੰਨੇ ਇੱਕ ਬੰਦੇ ਨੂੰ ਚੁੱਕ ਕੇ ਲੈ ਗਏ ਅਗਵਾਹ ਕਰਕੇ ਅਤੇ ਬੰਦੇ ਨੂੰ ਕੁੱਟਮਾਰ ਕੀਤੀ ਆ ਬੰਦੇ ਦਾ ਇਹਨਾਂ ਨੇ ਕੀਤਾ ਅਤੇ ਦੂਜੇ ਬੰਨੇ ਮੈਨੂੰ ਡਰਾਵਾ ਮਾਣ ਡਿਆ ਕਿ ਦੂਜੀ ਧਿਰ ਵੀ ਦਾਖਲ ਹੋ ਗਈ ਆ ਉਹ ਭਾਈ ਮਤਲਬ ਅਗਵਾਹ ਕੀਤੇ ਬੰਦੇ ਨੇ ਭੱਜਦਿਆਂ ਮਤਲਬ ਉਹਨੇ ਕੀ ਤੁਹਾਨੂੰ ਮਤਲਬ ਕੋਈ ਸ਼ਬਦਾਂ ਨਾਲ ਤੁਹਾਡੇ ਕੋਈ ਮਾਰਤਾ ਕੋਈ ਕੀ ਹੋ ਗਿਆ ਕੋਈ ਮਤਲਬ ਦੱਸਣ ਦੇ ਸਹੀ ਸਿਰਫ ਅਤੇ ਸਿਰਫ ਮੇਰੇ 'ਤੇ ਪ੍ਰੈਸ਼ਰ ਪਾਉਣ ਡਿਆ ਇਹਨਾਂ ਨਾ ਇੱਕ ਬੜਾ ਸੌਫਟ ਟਾਰਗੇਟ ਆ ਐੱਨ ਆਰ ਆਈ ਕਿ ਯਾਰ ਇਹਨਾਂ ਨੂੰ ਜਹਾਜ਼ ਚੜ੍ਹਨ ਦੀ ਬੜੀ ਹੋਣੀ ਆ ਮੈਂ ਇਹ ਧਰਤੀ ਇੱਦਾਂ ਛੱਡ ਕੇ ਨਹੀਂ ਜਾਣੀ ਮੇਰੇ ਗੁਰੂ ਸਾਹਿਬ ਨੇ ਵੀ ਕਿਹਾ ਵਾ ਕਿ ਨਾ ਤਾਂ ਅਸੀਂ ਕਿਸੇ 'ਤੇ ਜੁਰਮ ਕਰਨਾ ਅਤੇ ਜੇ ਮੈਂ ਜੁਰਮ ਝੱਲ ਕੇ ਵੀ ਜਾਊਂਗਾ ਅਤੇ ਜਿਹੜੇ ਮੇਰੇ ਉਹਨੇ ਸਰਬੱਤ ਸਦਾਨੀ ਮੇਰੇ ਪਿਤਾ ਨੇ ਇਸ ਧਰਤੀ 'ਤੇ ਪੰਜਾਬ ਤੋਂ ਚਾਰ ਲਾਲ ਵਾਰੇ ਆ ਉਹਨੂੰ ਮੈਂ ਉਸ ਦਰਗਾਹੇ ਜਾ ਕੇ ਮੂੰਹ ਕਿੱਦਾਂ ਵਿਖਾਊਂਗਾ ਜਾ ਕੇ ਸੋ ਮੈਂ ਇੱਦਾਂ ਨਹੀਂ ਭੱਜ ਕੇ ਜਾਂਦਾ ਮੈਂ ਇੱਥੇ ਮੇਰੇ ਚਾਰ ਸਿਆੜ ਹੈਗੇ ਆ ਮੈਂ ਵਾਹ ਕੇ ਇੱਥੇ ਕਿਰਤ ਕਰਨੀ ਆ ਬਾਹਰ ਵੀ ਕਿਰਤ ਕਰਦਾ ਵਾਂ ਅਸੀਂ ਕਿਹੜਾ ਬਲੈਕ ਕਰਨੀ ਆ ਨਾ ਹੀ ਇੱਥੇ ਰੇਤ ਵਿੱਚ ਹੀ ਨਾ ਹੀ ਉੱਥੇ ਰੇਤ ਵੇਚਣੀ ਨਾ ਹੀ ਇੱਥੇ ਡਰੱਗ ਵੇਚੀ ਨਾ ਹੀ ਉੱਥੇ ਡਰੱਗ ਵੇਚਣੀ ਦਹਾਂ ਨਵਾਂ ਦੀ ਕਿਰਤ ਕਰਨੀ ਆ ਦੋ ਪ੍ਰਸ਼ਾਦੇ ਛਕਣੇ ਇੱਥੇ ਛਕੀ ਜਾਵਾਂਗੇ ਉੱਥੇ ਛਕੀ ਜਾਵਾਂਗੇ ਜੀ ਭੈਣੇ ਅਸੀਂ ਭੈਣੇ ਜਦੋਂ ਟਾਹਲਾ ਸਾਹਿਬ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜਿਹੜੀ ਉਹ ਆਪਣੇ ਸਮਾਧ ਨੌ ਸਿੰਘ ਉਹ ਤੋਂ ਅੱਗੇ ਆ ਬਾਬਾ ਟਾਹਲਾ ਸਾਹਿਬ ਬੜੀ ਮਾਨਤਾ ਵਾ ਮੈਂ ਉੱਥੇ ਨਾ ਸੁੱਖੀ ਹੀ ਤੁਹਾਨੂੰ ਮੈਂ ਔਲਰੇਡੀ ਦੱਸ ਚੁੱਕਾਂ ਕਿ ਵੀਰ ਦੀ ਜਿੱਤ ਵਾਸਤੇ ਗੁਰੂ ਸਾਹਿਬ ਨੇ ਜਿੱਤ ਬਖਸ਼ੀ ਅਤੇ ਮੈਂ ਅਗਲੇ ਦਿਨ ਆਪਣੇ ਮੰਮੀ ਨੂੰ ਲੈ ਕੇ ਅਤੇ ਜਿਹੜੇ ਬੰਦੇ ਨੇ ਮੇਰੀ ਰੇਕੀ ਕਰਵਾਈ ਆ ਜਿੱਦਾਂ ਕਰਤਾਰ ਸਾਹਿਬ ਸਰਾਭੇ ਹੋਣਾ ਦਾ ਉਦੋਂ ਗਦਰ ਫੇਲ ਹੋਇਆ ਸੀ ਨਾ ਗਦਰ ਫੇਲ ਹੋਣ ਦਾ ਕਾਰਨ ਹੀ ਗਦਰ ਫੇਲ ਹੋਣ ਦਾ ਕਾਰਨ ਇਹ ਨਹੀਂ ਕਿ ਜਾਨਾਂ ਮਾਰਨ ਵਾਲੇ ਘੱਟ ਹੀ ਨਹੀਂ ਗਦਰ ਫੇਲ ਹੋਣ ਦਾ ਕਾਰਨ ਹੀ ਕਿ ਸਾਡੇ ਵਿੱਚ ਟੌਟ ਬੜੇ ਸੀ ਤਾਂ ਹੀ ਇਹਨਾਂ ਨੇ ਉਹ ਇਹਦੇ ਉੱਪਰ ਇੱਥੋਂ ਦੁਆਬੇ ਦੇ ਗਦਰੀਆਂ ਨੇ ਜਦੋਂ ਇਹਨਾਂ ਨੇ ਚੁੱਕ ਚੁੱਕ ਬੰਦੇ ਮਾੜੇ ਫਿਰ ਕਹਿੰਦੇ ਸੀ ਕਿ ਹੁਣ ਨਾ ਆਪਾਂ ਵਿਰੋਧੀ ਨਹੀਂ ਮਾਰਨੇ ਦੁਸ਼ਮਣ ਨਹੀਂ ਮਾਰਨੇ ਹੁਣ ਟੌਟ ਗਿਣ ਗਿਣ ਮਾਰਨੇ ਫਿਰ ਇਹਨਾਂ ਨੇ ਟੌਟ ਚੁੱਕ ਚੁੱਕ 2 ਸਾਲ ਮਾਰੇ ਇੰਗਲੈਂਡ ਦੀ ਰਾਣੀ ਤੱਕ ਹਿੱਲ ਗਈ ਸੀ ਉਹ ਮੇਰੇ ਨਾਲ ਉਹਨੇ ਉੱਪਰ ਦੀ ਉਹ ਭੇਖੀ ਸਿੱਖ
ਜੁਗਰਾਜ ਸਿੰਘ ਉਹਨੂੰ ਕਹਿੰਦੇ ਆ ਗੱਜੀ, ਉਹਨੇ ਮੇਰੀ ਰੇਕੀ ਕਰਵਾਈ, ਮੇਰੇ ਨਾਲ ਮੱਥਾ ਟੇਕਣ ਵੀ ਗਿਆ ਮੈਂ ਢੋਟਿਓ ਆਪਣੇ ਪਿੰਡੋਂ ਮੱਧਰ ਨੂੰ ਤਾਰ ਕੇ ਉਹਨੂੰ ਤਾਰਨ ਆਉਣ ਡਿਆ ਸੀ, ਅਤੇ ਇਹਨਾਂ ਨੇ ਰਾਹ 'ਚ ਚੱਕ ਵਾਲੇ ਪੁੱਲ 'ਤੇ ਮੈਨੂੰ ਇਹਨਾਂ ਨੇ ਉੱਥੇ ਮੇਰੀ ਗੱਡੀ ਹਿੱਟ ਕਰਕੇ ਮੈਨੂੰ ਉੱਥੋਂ ਕੁੱਟ ਕੇ ਮੇਰੇ ਸੱਟਾਂ ਮਾਰ ਕੇ ਮੈਨੂੰ ਇਹ ਕਿਤੇ ਅਣਪਛਾਤੀ ਜਗ੍ਹਾ 'ਤੇ ਲੈ ਗਏ ਮੀਆਂਵਿੰਡ ਦੇ ਕੋਲ, ਅਤੇ ਉਹ ਤੋਂ ਬਾਅਦ ਜਿਹੜਾ ਉਹ 2-2.5 ਘੰਟੇ ਮੇਰਾ ਜਿਹੜਾ ਇਹਨਾਂ ਨੇ ਮਤਲਬ ਕਾਫੀ ਇਹਨਾਂ ਨੇ ਤੁਸੀਂ ਇਹ ਨਿਸ਼ਾਨ ਦੇਖ ਸਕਦੇ ਜੇ, ਅਤੇ ਮੈਂ ਮਤਲਬ ਥੋੜ੍ਹੀ ਮੇਰੇ ਲਾਈਟਿੰਗ ਪੈਂਦੀ ਆ, ਅਤੇ ਮੈਂ ਤੁਹਾਡੇ ਕੋਲ ਇੱਕ ਇਜਾਜ਼ਤ ਵੀ ਚਾਹੁੰਦਾ ਜੇ ਤੁਸੀਂ ਨਾ ਮਾਇੰਡ ਕਰੋ ਮੈਂ ਹੁਣ ਸ਼ੇਡਸ ਲਾ ਲਾ, ਹਾਲਤ ਤੁਸੀਂ ਮੇਰੀ ਦੇਖ ਲਈ ਆ, ਮੈਨੂੰ ਥੋੜ੍ਹੀ ਪ੍ਰੋਬਲਮ ਹੁੰਦੀ, ਮਿਹਰਬਾਨੀ ਜੀ ਜੀ ਭੈਣੇ। ਜੀ ਓਕੇ ਜੀ, ਉੱਥੇ ਭੈਣੇ ਜਾਂਦਿਆਂ ਵੀ ਜਿਹੜੀ ਜੱਦੋਜਹਿਦ ਦੇ ਵਿੱਚ ਆਪਣਾ ਇਹਨਾਂ ਨੇ ਮੈਨੂੰ ਉਹਦੇ ਵਿੱਚ ਫੋਰਚੂਨਰ ਗੱਡੀ ਸੁੱਟਿਆ, 2 ਗੱਡੀਆਂ ਸੀ ਇਹਨਾਂ ਕੋਲ ਚਿੱਟੀਆਂ, ਅਤੇ 3ਜੀ ਗੱਡੀ ਮੇਰੀ ਤਾਂ ਗੱਡੀ ਉੱਥੇ ਜਿਹੜੀ ਉਹ ਹੋ ਗਈ, ਉੱਥੇ ਤੁਸੀਂ ਉਹਨੂੰ ਟੋਟਲ ਕਹਿ ਸਕਦੇ ਜੋ ਕਾਫੀ ਉਹਦਾ ਨੁਕਸਾਨ ਹੋ ਗਿਆ। ਇਹਨਾਂ ਨੇ ਮੈਨੂੰ ਜਿੱਥੇ ਜਾ ਕੇ ਸੁੱਟਿਆ ਉੱਥੋਂ ਇਹਨਾਂ 'ਚੋਂ ਸ਼ਰਾਬ ਦੀ ਹਾਲਤ ਦੇ ਵਿੱਚ 3 ਜਣੇ ਬਹੁਤ ਜ਼ਿਆਦਾ ਰੱਜੇ ਸੀ, ਜਿਹੜਾ ਵਾਰ ਵਾਰ ਕਹਿੰਦਾ ਸੀ ਨਾ ਕਿ ਲਿਆਓ ਇਹਨੂੰ ਜਿੰਨਾ ਕੁੱਟਣਾ ਕੁੱਟ ਲਓ ਅਤੇ ਇਹਨੂੰ ਗੋਲੀ ਮਾਰ ਕੇ ਦਰਿਆ 'ਚ ਪਾ ਕੇ ਆਈਏ। ਉਹਨਾਂ ਦੇ ਅੰਦਰ ਉਹਨਾਂ ਦੇ ਦਾਣਿਆਂ ਵਾਲੇ ਡਰੰਮ ਦੇ ਨਾਲ ਉਹਨਾਂ ਨੇ ਮੈਨੂੰ ਲਾਇਆ ਸੀ, ਅਤੇ ਉੱਥੇ ਤੰਗਲੀ ਪਈ ਸੀ, ਤੰਗਲੀ ਉਹਨਾਂ ਦੇ ਵੱਲੋਂ ਕਰਕੇ, ਅਤੇ ਉਹਨਾਂ ਦੀ ਫੋਰਚੂਨਰ ਦੇ ਉੱਪਰ ਪੈਰ ਰੱਖ ਕੇ ਮੈਂ ਕੰਧ ਟੱਪ ਕੇ ਮਗਰਲੇ ਬੰਨੇ ਮਕਈ ਸੀ, ਉੱਧਰ ਨੂੰ ਭੱਜਿਆ, ਅਤੇ ਮਗਰੋਂ ਮੁੜ ਕੇ ਕਿਸੇ ਰਾਹਗੀਰ ਕੋਲ ਮੈਂ ਲਿਫਟ ਲੈ ਕੇ ਅਤੇ ਲਾਗੇ ਜਾ ਕੇ ਕਿਸੇ ਕੋਲ ਫੋਨ ਕੀਤਾ। ਹਾਂਜੀ, ਹਥਿਆਰ ਉਹਨਾਂ ਕੋਲ ਆੜੇ ਆਪਣੇ ਰਵਾਇਤੀ ਹਥਿਆਰ ਤਾਂ ਉਹਨਾਂ ਕੋਲ ਹੈਗੇ ਸੀ, ਨਾਲ ਉਹਨਾਂ ਕੋਲ ਇੱਕ ਮਤਲਬ ਜਿਹੜੀ ਹੁਣ ਦੇਖ ਬਹੁਤ ਕਲੋਜ਼ ਨਹੀਂ ਮੈਂ ਦੇਖਿਆ, ਮਤਲਬ ਇਟ ਮੀ ਮਤਲਬ ਫੜ ਕੇ ਤਾਂ ਨਹੀਂ ਦੇਖਿਆ, ਪਰ ਜਿਹੜਾ ਮੇਰੇ ਭੱਜ, ਮੈਂ ਪੁਲਿਸ ਨੂੰ ਵੀ ਸਾਰੇ ਬਿਆਨ ਦਿੱਤੇ ਆ, ਮੇਰਾ ਇੱਥੇ ਮੈਂ ਫੁਕਰੀ ਤਾਂ ਨਹੀਂ ਕਹਿ ਸਕਦਾ ਕਿਉਂਕਿ ਸਾਨੂੰ ਹੁਣ ਬਾਹਰ ਆਤ ਆ, ਇੱਥੇ ਵੀ ਆਪਾਂ ਨੂੰ ਹੁਣ ਅੱਜ ਜਿੱਦਾਂ ਵੀਰੇ ਨੇ ਬੈਗ ਪਾਇਆ ਵਾ, ਆਪਾਂ ਆਪਣੀਆਂ ਜ਼ਰੂਰੀ ਚੀਜ਼ਾਂ ਵਾਸਤੇ ਪਾ ਲੈਂਦੇ ਹਾਂ ਕਿ ਇੱਥੇ ਚੀਜ਼ ਗੁਆਚਦੀ ਨਹੀਂ ਆ, ਜਿੱਦਾਂ ਆਪਣਾ ਗੁਰੂ ਘਰ ਜਾਣਾ ਉੱਥੇ ਘੜੀ ਲਾ ਲਈ ਆਪਾਂ, ਅਤੇ ਉਹ ਮੇਰਾ ਬੈਗ ਬੰਨਿਆ ਸੀ, ਉਹਦੇ ਵਿੱਚ ਮੇਰਾ ਸਮਾਨ ਗੁਆਚਿਆ ਵਾ, ਮੇਰੇ ਕੋਲ 700-800 ਅਮਰੀਕਨ ਡਾਲਰ ਸੀ, ਮੇਰੇ ਇੱਥੋਂ ਕੁਝ ਰੁਪਈਏ ਸੀ, ਨਾ ਪੁਲਿਸ ਨੇ ਉਸ ਚੀਜ਼ ਦੀ ਕਿਹਾ ਕੀਤੀ ਆ, ਮੈਂ ਇੱਕ ਗੱਲ ਦੇ ਵਿੱਚ ਬਾਜ ਪਾਇਆ ਸੀ, ਮੇਰੀ ਵਾਈਫ ਨੇ ਮੈਨੂੰ ਗਿਫਟ ਕੀਤਾ ਸੀ ਮੇਰੇ ਬਰਥਡੇ 'ਤੇ, ਮੇਰਾ ਸਪਤੰਬਰ ਦੇ ਵਿੱਚ ਬਰਥਡੇ ਹੁੰਦਾ, ਇੱਕ ਆ ਨਿਸ਼ਾਨ ਹੁਣ ਆ ਥੋੜ੍ਹਾ ਫਿੱਕਾ ਪੈ ਗਿਆ, ਮੇਰੀ ਵਿਆਹ ਵਾਲੀ ਰਿੰਗ ਮੈਂ ਪਿਛਲੇ 8 ਸਾਲਾਂ ਤੋਂ ਪਾਈ ਸੀ, ਉਹ ਮੇਰੀ ਰਿੰਗ ਨਹੀਂ ਮੇਰੇ 'ਤੇ ਹੈਗੀ, ਮੇਰੇ ਸਪੋਰਟਸ ਘੜੀ ਬੰਨੀ ਸੀ, ਮੈਂ ਘੜੀਆਂ ਦਾ ਵੀ ਇਹਨਾਂ ਦਾ ਸ਼ੇਡਸ ਦਾ ਮੈਨੂੰ ਬੜਾ ਸ਼ੌਂਕ ਆ, ਉਹ ਵੀ ਨਹੀਂ ਹੈਗੀ। ਅਤੇ ਦੂਜਾ ਸੋਰੀ ਇੱਕ ਸਵਾਲ ਭੈਣੇ ਮੈਂ ਤੁਹਾਡਾ ਸਵਾਲ ਸਕਿੱਪ ਕਰ ਗਿਆ, ਦੂਜਾ ਸਵਾਲ ਕੀ ਪੁੱਛਿਆ? ਕਰਨ ਸੋਰੀ ਕਰਨ ਜੀ ਜੀ ਓਕੇ ਓਕੇ, ਜਦੋਂ ਮੈਂ ਭੱਜਿਆ ਵਾਂ ਇਹਨਾਂ ਬੰਦਿਆਂ ਨੇ ਮਗਰ ਮੇਰੇ 'ਤੇ ਫਾਇਰ ਵੀ ਕੀਤਾ ਵਾ ਜਦੋਂ ਮੈਂ ਮਕਈ ਵੱਲ ਨੂੰ ਭੱਜਿਆ ਵਾਂ, ਪਰ ਪੁਲਿਸ ਦੀ ਪੁਲਿਸ ਨੇ ਉਹਨੂੰ ਨਾ ਮੈਨੂੰ ਨਹੀਂ ਪਤਾ, ਪੁਲਿਸ ਕੱਲ੍ਹ ਮੈਨੂੰ ਥੋੜ੍ਹਾ ਜਿਹਾ ਆਸਰਾ ਆਇਆ ਜਦੋਂ SSP ਸਾਹਿਬ ਕੋਲ ਗਏ ਹਾਂ, ਨਹੀਂ ਤਾਂ ਪੁਲਿਸ ਨੇ ਪੁਲਿਸ ਦਾ ਰਵੱਈਆ ਜਿਹੜਾ ਵਾ, ਪੁਲਿਸ ਦੇ ਸਾਰੇ ਅਫਸਰ ਨਹੀਂ ਮਾੜੇ, ਮੈਨੂੰ ਬਹੁਤ ਵਧੀਆ ਵੀ ਟ੍ਰੀਟ ਕੀਤਾ ਗਿਆ ਵਾ, ਪਰ ਵਿੱਚੋਂ ਉਦੋਂ ਰਾਤ ਮੈਂ ਕੁਝ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਵੀ ਗਾਲਾਂ ਸੁਣੀਆਂ ਵਾਂ, ਅਤੇ ਆਪਣੇ ਵਾਸਤੇ ਤੂੰ ਮਾਮਾ ਬਣਿਆ ਵਾਂ ਇੱਥੇ ਆਣ ਕੇ ਤੁਸੀਂ ਸਪੋਰਟ ਕਿਉਂ ਕੀਤੀ ਵੀ ਤੁਸੀਂ ਅਮਰੀਕਾ ਤੋਂ ਆਣ ਕੇ ਤੁਸੀਂ ਆਉਂਦੇ ਜੇ 4 ਦਿਨ ਘੁੰਮੋ ਫਿਰੋ ਆਪਣੀ ਐਸ਼ ਕਰੋ, ਤੁਸੀਂ ਮਾਮੇ ਬਣੇ ਜੇ ਇੱਥੇ ਆਣ ਕੇ ਸਾਨੂੰ ਅਕਲਾ ਦਿੰਦੇ ਜੇ, ਦਿਸ ਕਾਇੰਡ ਆਫ ਵਰਡਸ, ਕੁਝ ਇੱਦਾਂ ਦੇ ਵਰਡਸ ਜਿਹੜੇ ਮੈਂ ਮੀਡੀਆ ਦੇ ਨਾਲ ਭੈਣ ਸਾਹਮਣੇ ਕਹਿ ਸਕਦਾ ਵਾਂ ਅਤੇ ਨਾ ਮੈਂ ਆਪਣੇ ਕੈਮਰੇ ਦੇ ਸਾਹਮਣੇ ਕਹਿ ਸਕਦਾ ਵਾਂ। ਇੱਕ ਭੈਣੇ ਕਤਲ ਹੋਇਆ ਵਾ, ਤੁਹਾਨੂੰ ਪਤਾ ਲੱਗਾ
ਇਸ ਇਲੈਕਸ਼ਨ ਦੇ ਵਿੱਚ ਇੱਕ ਕਤਲ ਵੀ ਹੋਇਆ ਉਹ ਬੂਥ ਲਾਉਣ ਤੋਂ ਆਪਣਾ, ਮੈਨੂੰ ਪਿੰਡ ਦਾ ਨਹੀਂ ਪਤਾ, ਇੱਥੇ ਸਾਡੇ ਏਰੀਏ ਦੇ ਵਿੱਚ ਹੀ ਇੱਕ ਕਤਲ ਹੋਇਆ ਉਹ ਬੂਥ ਲਾਉਣ ਤੋਂ। ਅਤੇ ਓਕੇ ਨਹੀਂ ਸੋਰੀ, ਲੰਬੀ ਦੇ ਵਿੱਚ ਜਿਹੜੇ ਖੁੱਡੀਆਂ ਸਾਹਿਬ, ਖੁੱਡੀਆਂ ਸਾਹਿਬ ਦੇ ਹਲਕੇ ਦੇ ਵਿੱਚ ਕਤਲ ਹੋਇਆ ਵਾ, ਤੁਹਾਨੂੰ ਮਿਲੀ ਖਬਰ ਕਿਸੇ ਨੂੰ? ਉਹ ਵੀ ਨੱਪ ਦਿੱਤੀ ਗਈ, ਗੁੰਡਾਗਰਦੀ ਪੂਰੀ ਕੀਤੀ ਆ। ਮੈਂ ਇੰਨਾ ਬੋਲਦਾ ਰਿਹਾ, ਅੱਜ ਆਖਾਂ ਬਾਦਲ ਸਾਹਿਬ ਨੂੰ ਉੱਠ ਤੱਕ ਆਪਣਾ ਪੰਜਾਬ ਹਰ ਸ਼ਹਿਰ 'ਚ ਨਸ਼ਾ ਵੇਖਦਾ, ਪਿੰਡ ਪਿੰਡ ਵਿੱਚ ਬਣੇ ਸ਼ਰਾਬ, 2012 ਦੀ ਇਹ ਕਵਿਤਾ ਬੋਲੀ ਆ, ਮੈਂ ਬੜੀਆਂ ਕਵਿਤਾ ਬੋਲੀਆਂ ਵਾ। ਪੁੱਤ ਪੜੋਲੇ ਪਾਲੋ, ਲਾਲ ਬੱਤੀ ਵਾਲਾ ਆ ਰਿਹਾ ਹੈ, ਪੁੱਤ ਨਸ਼ਿਆਂ ਤੋਂ ਬਚਾਲੋ, ਮੰਤਰੀ ਸਮੈਕ ਵਰਤਾ ਰਿਹਾ। ਮੈਂ ਉਦੋਂ ਵੀ ਪੰਜਾਬ ਆਉਂਦਾ ਰਿਹਾ, ਮੈਂ ਇੰਨਾ ਖੁੱਲ੍ਹ ਕੇ ਬੋਲਦਾ ਰਿਹਾ, ਮੈਂ ਤੁਹਾਨੂੰ ਦੱਸਿਆ ਕਿ ਉਦੋਂ ਮੈਂ ਇੰਨੀ ਵਾਰੀ ਪੰਜਾਬ ਆਇਆ। ਆਹ ਮੇਰਾ ਹਾਲ ਉਹਨਾਂ ਨੇ ਨਹੀਂ ਕੀਤਾ, ਵਿਰੋਧੀਆਂ ਨੇ, ਜਿਹੜਾ ਮੇਰਾ ਆਪਣਿਆਂ ਨੇ, ਮਤਲਬ ਜਿਨ੍ਹਾਂ ਦੀ ਮੈਨੇ ਸਪੋਰਟ ਕੀਤੀ, ਮਤਲਬ ਇਹਨਾਂ ਨੇ ਕੀਤਾ। ਮੈਂ ਫਿਰ ਪ੍ਰਸ਼ਾਸਨ ਤੋਂ ਅਤੇ ਦੋਸਤ ਰਹਿ ਨਹੀਂ, ਦੋਸਤ ਹਮੇਸ਼ਾ ਦੋਸਤ ਹੀ ਰਹਿੰਦੇ ਆ, ਦੂਰੀਆਂ ਵੱਧ ਜਾਂਦੀਆਂ, ਕਈ ਵਾਰੀ ਗੁੱਸੇ ਗਿਲੇ ਹੋ ਜਾਂਦੇ ਆ। ਮੈਂ ਐਜ਼ ਏ ਫਰੈਂਡ ਨਹੀਂ ਫੇਵਰ ਚਾਹੁੰਦਾ, ਮੈਂ ਮਾਨ ਸਾਹਿਬ ਕੋਲ ਐਜ਼ ਏ ਫਰੈਂਡ ਨਹੀਂ ਫੇਵਰ ਚਾਹੁੰਦਾ, ਮੈਂ ਉਸ ਕੁਰਸੀ ਕੋਲ, ਉਸ ਪਰਸਨ ਕੋਲ ਚਾਹੁੰਦਾ ਵਾਂ ਜਿਹਨੇ ਸ਼ਹੀਦ ਆਜ਼ਮ ਦੀ ਉਸ ਉਹਦੇ ਬੁੱਤ ਸਾਹਮਣੇ ਖਲੋ ਕੇ ਆਖਿਆ ਸੀ ਕਿ ਇੱਕ ਅੱਜ ਇੱਕ ਮੁੱਖ ਮੰਤਰੀ ਨਹੀਂ, ਅੱਜ 3 ਕਰੋੜ ਲੋਕ ਸਹੁੰ ਚੁੱਕ ਰਹੇ ਆ। ਮੈਂ ਉਸ ਕੁਰਸੀ ਕੋਲ, ਉਸ ਸੰਵਿਧਾਨ ਕੋਲ, ਉਸ ਪ੍ਰਸ਼ਾਸਨ ਕੋਲ, ਉਸ ਇਸ ਸਭ ਤੋਂ ਵੱਡੇ ਜਿਹੜਾ ਇਸ ਮੁਲਕ ਨੂੰ ਕਿਹਾ ਜਾਂਦਾ ਵਾ ਕਿ ਕਾਨੂੰਨ ਇੱਥੇ, ਉਹਦੇ ਕੋਲੋਂ ਮੈਂ ਇਨਸਾਫ ਦੀ ਮੰਗ ਕਰਦਾ ਵਾਂ। ਭੈਣੇ ਮੈਂ ਪਰਸਨਲ ਤੌਰ 'ਤੇ ਕੋਈ ਕੋਸ਼ਿਸ਼ ਨਹੀਂ ਕੀਤੀ, MLA ਸਾਹਿਬ ਦਾ ਮੈਨੂੰ ਫੋਨ ਆਇਆ ਸੀ, ਅਤੇ ਦਬਾਵਲੀ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਰਿਸ਼ਤੇਦਾਰ ਆ, ਜਿਹੜਾ ਇਹਦੇ ਵਿੱਚ ਮੇਨ ਅਕਿਊਜ਼ਡ ਆ ਮੁੰਡਾ, ਜਿਹਨੇ ਸਾਰਾ ਕੰਮ ਕਰਵਾਇਆ, ਜਿਹਦੀ ਜਿਹਨੇ ਫੋਰਚੂਨਰ ਵਾਲਾ ਵਾ, ਅਤੇ ਉਹਨਾਂ ਵੱਲੋਂ ਜਿਹੜਾ ਕਾਫੀ ਜ਼ੋਰ ਲੱਗ ਰਿਹਾ ਨਾਲ ਆ ਬੀਬੀ ਆਪਣੇ ਇੱਥੋਂ ਖਰੜ ਤੋਂ ਅਨਮੋਲ ਗਗਨ ਮਾਨ, 5 ਮਿੰਟਾਂ 'ਚ MSP ਵਾਲੀ ਬੀਬੀ ਜੀ, ਉਹਨਾਂ ਵੱਲੋਂ ਵੀ ਕਾਫੀ ਜ਼ੋਰ ਜਿਹੜਾ ਉਹ ਲੱਗ ਰਿਹਾ ਵਾ, ਮੇਰੇ ਉੱਪਰ, ਪਰਿਵਾਰ ਉੱਪਰ ਦਬਾਅ ਪੈ ਰਿਹਾ ਵਾ ਆਪਣੇ ਇਹਦੇ ਰਾਜੀਨਾਮੇ ਵਾਸਤੇ। ਇਨਸਾਫ ਭੈਣੇ ਹੋਣਾ ਹੀ ਹੋਣਾ ਵਾ, ਇੱਥੇ ਦੇਰ ਨਹੀਂ ਤੇ ਸਵੇਰ, ਇੱਥੇ ਵੀ ਆਪਣੇ ਕਹਿੰਦੇ ਆ ਕਿ ਆਪਣਾ ਜਿਹੜਾ ਆਪਣੀਆਂ ਅਦਾਲਤਾਂ ਦੇ ਵਿੱਚ ਉਹ ਸਿੰਬਲ ਲੱਗਾ ਵਾ ਉਹ ਬਰਾਬਰਤਾ ਦਾ, ਅਤੇ ਉੱਥੋਂ ਵੀ ਮੈਨੂੰ ਇਨਸਾਫ ਦੀ ਉਮੀਦ ਆ। ਅਤੇ ਆਪਾਂ ਕਹਿੰਦੇ ਨਾ ਕਿ ਇਨਸਾਫ ਦੀ ਚੱਕੀ ਪੀਂਦੀ ਥੋੜ੍ਹਾ ਜਿਹਾ ਹੌਲੀ ਆ, ਪਰ ਪੀਂਦੀ ਬੜਾ ਬਰੀਕ ਆ। ਉਸੇ ਮੈਨੂੰ ਇਨਸਾਫ ਅਤੇ ਉਸੇ ਬਰੀਕੀ ਦੀ ਮਿਆਸ ਦੇ ਵਿੱਚ ਆ, ਕਿਉਂਕਿ ਅਸੀਂ ਉਸ ਚੱਕੀ ਦੀਆਂ ਝਰੀਆਂ ਮਾਰੀਆਂ ਵਾ, ਸਾਡੇ ਹੱਥ ਪਾਟੇ ਆ ਉਸ ਚੱਕੀ ਦੀਆਂ ਝਰੀਆਂ ਮਾਰਦਿਆਂ, ਕਿਉਂਕਿ ਜੇ ਉਹ ਫਲੈਟ ਹੋ ਜਾਏ ਨਾ ਫਿਰ ਆਟਾ ਨਹੀਂ ਪੀਂਦੀ। ਸਾਨੂੰ 12-13 ਸਾਲ ਹੋ ਗਿਆ ਉਸ ਚੱਕੀ ਦੀਆਂ ਝਰੀਆਂ ਮਾਰਦਿਆਂ ਨੂੰ, ਮੈਂ ਇਕੱਲਾ ਨਹੀਂ, ਉਸ ਚੱਕੀ ਦੀਆਂ ਝਰੀਆਂ ਸਮੇਂ ਸਮੇਂ 'ਤੇ ਪੰਜਾਬ ਦੇ ਪੁੱਤ ਮਾਰਦੇ ਰਹੇ ਆ, ਉਹ ਮਾਰਦੇ ਰਹਿਣਗੇ ਤਾਂ ਕਿ ਉਹ ਚੱਕੀ ਪੀਂਦੀ ਰਹੇ ਬਰੀਕ। ਜੀ ਹੋਰ ਕੋਈ ਸਵਾਲ? ਥੈਂਕ ਯੂ ਸੋ ਮੱਚ, ਮੈਂ ਫਿਰ ਤੁਹਾਡਾ ਬਹੁਤ ਧੰਨਵਾਦ ਕਰਦਾ ਵਾਂ, ਅਤੇ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।